ਜ਼ਿਲ੍ਹੇ ਦੇ ਕਸਬਾ ਬਿਆਸ ਦੇ ਵਿੱਚੋਂ ਗੁਜਰਦੇ ਬਿਆਸ ਦਰਿਆ ਦੇ ਨਜ਼ਦੀਕ ਮਾਈਨਿੰਗ ਨੂੰ ਲੈ ਕੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋਸ਼ ਲਗਾਏ ਸਨ ਕਿ ਨਜਾਇਜ਼ ਤੌਰ ਤੇ ਇੱਥੇ ਜਿਹੜੀ ਮਾਈਨਿੰਗ ਹੋ ਰਹੀ ਹੈ ਤਾਂ ਇਸ ਨੂੰ ਲੈ ਕੇ ਸੁਖਬੀਰ ਬਾਦਲ ਮੌਕੇ ਤੇ ਵੀ ਪਹੁੰਚੇ ਸਨ ਤੇ ਉਹਨਾਂ ਨੇ ਪੁਲਿਸ ਨੂੰ ਬਕਾਇਦਾ ਇੱਕ ਕੰਪਲੇਂਟ ਵੀ ਦਿੱਤੀ ਸੀ। ਹੋਰ ਵੀ ਕੰਪਲੇਂਟ ਇਸ ਮਾਮਲੇ ਦੇ ਵਿੱਚ ਆਈਆਂ ਸਨ ਤਾਂ ਗੌਰਵ ਤੂਰਾ IPS SP ਅੰਮ੍ਰਿਤਸਰ ਰੂਰਲ ਪੁਲਿਸ ਦੇ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਪੁਲਿਸ ਨੇ ਕਾਰਵਾਈ ਕੀਤੀ। ਕੱਲ੍ਹ ਮੌਕੇ ਤੇ ਵੀ ਗਏ ਸਰ, ਤਾਂ ਸਰ ਸਭ ਤੋਂ ਪਹਿਲਾਂ ਕੰਪਲੇਂਟ ਸਟੇਟਸ ਕੀ ਹੈ, ਤੁਹਾਡੇ ਕੋਲ ਕਿੰਨੀਆਂ ਕੰਪਲੇਂਟਸ ਆਈਆਂ ਨੇ? ਕੱਲ੍ਹ ਸਾਨੂੰ ਇੱਕ ਕੰਪਲੇਂਟ ਅਜੀਤ ਸਿੰਘ ਜੀ ਵੱਲੋਂ ਮਸੂਲ ਹੋਈ ਹੈ, ਜਿਹੜੇ ਕਿ ਵਜ਼ੀਰ ਭੁੱਲਰ ਪਿੰਡ ਦੇ ਵਸਨੀਕ ਹੈਗੇ ਹੈ। ਉਹਨਾਂ ਨੇ ਆਪਣੀ ਕੰਪਲੇਂਟ 'ਚ ਲਿਖ ਦਿੱਤਾ ਕਿ ਇਹ ਪਿੰਡ ਦੇ ਵਿੱਚ ਜਿਹੜੀ ਨਜਾਇਜ਼ ਤੌਰ 'ਤੇ ਮਾਈਨਿੰਗ ਹੋ ਰਹੀ ਹੈ, ਅਤੇ ਇਮੀਡੀਏਟਲੀ ਇਹਦੀ ਕੋਗਨੀਜੈਂਸ ਲੈਂਦੇ ਹੋਏ ਜਿਹੜਾ ਮਾਈਨਿੰਗ ਦੇ ਸੰਬੰਧੀ ਇਹ 'ਚ ਇਲਜ਼ਾਮ ਸੀਗੇ ਅਤੇ ਜਿਹੜਾ ਸੰਬੰਧਿਤ ਮਾਈਨਿੰਗ ਮਹਿਕਮਾ ਹੈਗਾ, ਇਮੀਡੀਏਟਲੀ ਉਹਨਾਂ ਨੂੰ ਅਸੀਂ ਲਿਖ ਕੇ ਭੇਜਿਆ ਹੈਗਾ ਹੈ, ਅਤੇ ਉਹਨਾਂ ਤੋਂ ਤਸਦੀਕਸ਼ੁਦਾ ਕਾਪੀਜ਼ ਵੀ ਅਸੀਂ ਮੰਗੀਆਂ ਹੈਗੀਆਂ ਕਿ ਇਹ ਕਿਸ ਤਰੀਕੇ ਨਾਲ ਜਿਹੜਾ ਇਹ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਬਾਕੀ ਮਾਈਨਿੰਗ ਡਿਪਾਰਟਮੈਂਟ ਵੱਲੋਂ, ਡਿਸਟ੍ਰਿਕਟ ਮਾਈਨਿੰਗ ਅਫਸਰ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਹੈ ਕਿ ਇਹ ਜਿਹੜਾ ਪ੍ਰੋਸੈਸ, ਇਹ ਜਿਹੜਾ ਪ੍ਰੋਜੈਕਟ ਸੀਗਾ, ਇਹ ਡੀਸਿਲਟਿੰਗ ਦਾ ਪ੍ਰੋਜੈਕਟ ਹੈਗਾ ਹੈ, ਅਤੇ ਇਹ ਮਾਨਯੋਗ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਵੱਲੋਂ ਇਹ ਮਨਜ਼ੂਰਸ਼ੁਦਾ ਪ੍ਰੋਜੈਕਟ ਹੈ, ਅਤੇ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਮੁਤਾਬਿਕ ਹੀ ਇਹਦੇ ਵਿੱਚ ਕਾਰਵਾਈ ਜਿਹੜੀ ਕੀਤੀ ਜਾ ਰਹੀ ਸੀ। ਉਹਦੀ ਲਿਖਤੀ ਰਿਪੋਰਟ ਵੀ ਹੁਣ ਮਾਈਨਿੰਗ ਜਿਹੜੀ ਡਿਪਾਰਟਮੈਂਟ ਹੈ ਉਹ ਸਾਨੂੰ ਲਿਖ ਕੇ ਭੇਜ ਰਿਹਾ ਹੈ, ਅਤੇ ਜਿਹੜੀ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਹ ਮਾਈਨਿੰਗ ਅਫਸਰ ਦੀ ਰਿਪੋਰਟ ਦੇ ਬਾਅਦ ਹੀ ਹੁੰਦੀ ਹੈ, ਅਤੇ ਉਸ ਦੀ ਅਸੀਂ ਉਡੀਕ ਕਰ ਰਹੇ ਹਾਂ। ਜਿੱਦਾਂ ਹੀ ਆ ਜਾਂਦੀ ਹੈ ਉਹਦੇ ਹਿਸਾਬ ਨਾਲ ਅਸੀਂ ਬਣਦੀ ਕਾਨੂੰਨੀ ਕਾਰਵਾਈ ਜੋ ਵੀ ਬਣਦਾ ਹੋਏਗਾ ਉਹਦੇ ਹਿਸਾਬ ਨਾਲ ਅਸੀਂ ਕਰਾਂਗੇ। ਸਰ, ਜਿਹੜੀ ਅਜੀਤ ਸਿੰਘ ਹੋਣਾ ਵੱਲੋਂ ਕੰਪਲੇਂਟ ਸੀ, ਜਿਹੜੀ ਇੱਕ ਅਕਾਲੀ ਦਲ ਨੇ ਕੰਪਲੇਂਟ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਹੋਣਾ ਨੇ, ਉਹ ਕਿਸ ਦੇ ਨਾਮ ਤੇ ਦਿੱਤੀ ਸੀ? ਜਿਹੜੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣਾ ਨੇ ਦਿੱਤੀ ਸੀ ਉਹ ਅਜੀਤ ਸਿੰਘ ਦੇ ਨਾਮ ਤੇ ਸੀਗੀ ਜਾਂ? ਬਿਲਕੁਲ ਬਿਲਕੁਲ, ਅਜੀਤ ਸਿੰਘ ਜੀ ਜਿਹੜੇ ਵਜ਼ੀਰ ਭੁੱਲਰ ਪਿੰਡ ਦੇ ਵਸਨੀਕ ਹੈਗੇ ਆ, ਉਹਨਾਂ ਵੱਲੋਂ ਹੀ ਦਰਖਾਸਤ ਸੀਗੀ ਸਾਰੀ, ਜਿਹਦੇ ਵਿੱਚ ਸਾਰੇ ਐਲੀਗੇਸ਼ਨ ਸੀਗੇ ਉਸਦੇ ਵਿੱਚ ਸਰ। ਅਤੇ ਦੂਸਰੀ ਸਰ, ਇੱਕ ਜਿਹੜੇ ਕੰਟਰੈਕਟਰ ਨੇ ਉੱਥੇ, ਉਹਨਾਂ ਵੱਲੋਂ ਵੀ ਕੰਪਲੇਂਟ ਇੱਕ ਤੁਹਾਨੂੰ ਮਿਲੀ ਹੈ ਕੋਈ, ਜਿਸ ਦੇ ਵਿੱਚ ਉਹਨਾਂ ਦੇ ਕੰਮ 'ਚ ਵਿਘਨ ਪਾਉਣ ਦਾ ਦੋਸ਼ ਲਗਾਇਆ ਗਿਆ? ਬਿਲਕੁਲ, ਇੱਕ ਹੋਰ ਕੰਪਲੇਂਟ ਜਿਹੜੇ ਕਿ ਸਰਕਾਰੀ ਕੰਟਰੈਕਟਰ ਹੈਗੇ ਆ ਉਹਨਾਂ ਵੱਲੋਂ ਇੱਕ ਕੰਪਲੇਂਟ SSP ਆਫਿਸ ਨੂੰ ਮਸੂਲ ਹੋਈ ਹੈ, ਜਿਹਦੇ ਵਿੱਚ ਉਹਨਾਂ ਨੇ ਸਾਰੀ ਡਿਟੇਲਸ ਮੈਂਸ਼ਨ ਕੀਤੀਆਂ, ਅਤੇ ਉਹਨਾਂ ਨੇ ਐਲੀਗੇਸ਼ਨਸ ਲਾਏ ਹੈਗੇ ਆ ਕਿ ਜਿਹੜੀ ਇਹ ਜਿਹੜੇ ਕੁਛ ਲੋਕ ਹੈਗੇ ਇਹਨਾਂ ਨੇ ਆ ਕੇ ਜਿਹੜਾ ਇਸ ਕੰਮ ਦੇ ਵਿੱਚ ਵਿਘਨ ਪਾਇਆ ਹੈਗਾ ਜਿਹੜਾ ਸਰਕਾਰੀ ਕੰਮ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਵੀ ਅਸੀਂ ਜਿਹੜੇ ਮਾਈਨਿੰਗ ਅਫਸਰ ਨਾਲ ਲੈ ਕੇ ਅਤੇ ਹੋਰ ਜਿਹੜੇ ਸੰਬੰਧਿਤ ਜਿਹੜੀ ਲੀਗਲ ਜਿਹੜੇ ਪ੍ਰੋਸੀਜਰਸ ਹੁੰਦੇ ਆ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਸਰ, ਦੋਵੇਂ ਕੰਪਲੇਂਟਸ ਤੁਹਾਡੇ ਕੋਲ ਨੇ ਔਰ ਮਾਈਨਿੰਗ ਡਿਪਾਰਟਮੈਂਟ ਦੇ ਕੋਲੋਂ ਤੁਸੀਂ ਰਿਪੋਰਟ ਵੀ ਮੰਗੀ ਹੈ, ਪੁਲਿਸ ਦੀ ਭੂਮਿਕਾ ਦੇ ਉੱਪਰ ਵੀ ਕੱਲ੍ਹ ਉਹਨਾਂ ਨੇ ਕੁਝ ਸਵਾਲ ਚੁੱਕੇ ਸੀ ਕਿ ਇਸ ਤਰ੍ਹਾਂ ਦੀ ਕੋਈ ਤੁਹਾਡੇ ਧਿਆਨ 'ਚ ਆਇਆ ਕਿ ਪੁਲਿਸ ਦੇ ਅਧਿਕਾਰੀ ਜਿਹੜੇ ਸਥਾਨਕ ਅਧਿਕਾਰੀ ਸੀ ਉਹਨਾਂ ਨੇ ਜਾਂ ਨਿਗਲੈਕਟ ਕੀਤਾ ਹੋਵੇ ਜਾਂ ਇਗਨੋਰ ਕੀਤਾ ਹੋਵੇ ਔਰ ਜਾਂ ਕੋਈ ਨਾਲ ਮਿਲੀ ਭੁਗਤ ਵੀ ਹੋਵੇ, ਕੋਈ ਇਸ ਤਰ੍ਹਾਂ ਦਾ ਮਾਮਲਾ ਤੁਹਾਡੇ ਧਿਆਨ 'ਚ ਆਇਆ? ਨਹੀਂ, ਬਿਲਕੁਲ ਵੀ ਨਹੀਂ। ਪੰਜਾਬ ਸਰਕਾਰ ਦੀ ਨੋ ਟੋਲਰੈਂਸ ਪਾਲਿਸੀ ਹੈਗੀ ਹੈ ਬਿਲਕੁਲ ਜੀ ਇਲੀਗਲ ਮਾਈਨਿੰਗ ਦੇ ਉੱਤੇ, ਅਤੇ ਸਾਡਾ ਸਪੈਸ਼ਲ ਜਿਹੜਾ ਇਨਫੋਰਸਮੈਂਟ ਡਾਇਰੈਕਟਰ ਸਾਹਿਬ ਵੀ ਹੈਗੇ ਆਪਣੇ ਜਿਹੜੇ ਸਪੈਸ਼ਲੀ ਮਾਈਨਿੰਗ 'ਤੇ ਦੇਖਦੇ ਆ, ਬੜੇ ਸੀਨੀਅਰ ਰੈਂਕ ਦੇ ਅਫਸਰ ਹੈਗੇ ਆ, ਅਤੇ ਜ਼ਿਲ੍ਹਾ ਪੱਧਰੀ 'ਤੇ ਵੀ ਅਸੀਂ ਜਿਹੜੀ ਕੰਬਾਈਨ ਟੀਮਸ ਬਣਾਈਆਂ ਪੁਲਿਸ ਦੀ, ਰੈਵਨਿਊ ਡਿਪਾਰਟਮੈਂਟ ਦੇ ਆਫਿਸ਼ੀਅਲਸ ਦੀ ਵੀ ਅਤੇ ਮਾਈਨਿੰਗ ਡਿਪਾਰਟਮੈਂਟ ਦੀ ਵੀ, ਜਿਹਦੇ ਵਿੱਚ ਅਸੀਂ ਪੀਰੀਓਡੀਕਲੀ ਜਾ ਕੇ ਇਹ ਜਿਹੜੇ ਮਾਈਨਿੰਗ ਸਾਈਟਸ ਹੈਗੀਆਂ ਡੀਸਿਲਟਿੰਗ ਸਾਈਟਸ ਹੈ ਉਹਦੇ ਵਿੱਚ ਜਾ ਕੇ ਅਸੀਂ ਪ੍ਰੋਪਰਲੀ ਵੈਰੀਫਾਈ ਕਰਦੇ ਹਾਂ ਕਿ ਜਿਹੜਾ ਤਰਤੀਬ ਬਾਰੇ ਜਿਹੜਾ ਕੰਮ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਹੈਗਾ। ਸਾਡੇ ਨੋਟਿਸ 'ਚ ਕੋਈ ਵੀ ਇੱਦਾਂ ਦੀ ਗੱਲ ਨਹੀਂ ਆਈ ਹੈਗੀ ਕਦੇ ਵੀ, ਅਤੇ ਜਿਹੜਾ ਜਿਹੜਾ ਸਰਕਾਰ ਦੀ ਜੋ ਵੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਹੀ ਇਹ ਕੰਮ ਚੱਲ ਰਿਹਾ ਸੀ। ਤੁਸੀਂ ਕੱਲ ਮੌਕੇ ਤੇ ਵੀ ਗਏ ਸੀਗੇ, ਕੱਲ ਤੁਸੀਂ ਕੋਈ ਬਿਆਨ ਦਰਜ ਕੀਤੇ ਜਾਂ ਪੜਤਾਲ ਸ਼ੁਰੂ ਕੀਤੀ ਤੁਸੀਂ ਇਸ ਸਾਰੇ ਮੈਟਰ ਦੀ? ਬਿਲਕੁਲ ਜੀ, ਜਿਹੜਾ ਮੌਕੇ ਤੇ ਜੋ ਵੀ ਕੰਪਲੇਨੈਂਟ ਸੀਗੇ ਸਾਰਿਆਂ ਨੂੰ ਅਸੀਂ ਥਾਣੇ ਸੱਦ ਕੇ ਉਹਨਾਂ ਦੇ ਜਿਹੜੇ ਬਿਆਨ ਅਸੀਂ ਰਜਿਸਟਰ ਕੀਤੇ ਹੈਗੇ ਆ, ਅਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਮਾਈਨਿੰਗ ਅਫਸਰ ਹੈਗੇ ਆ ਉਹਨਾਂ ਵੱਲੋਂ ਰਿਪੋਰਟ ਲੈਣ ਤੋਂ ਬਾਅਦ ਹੀ ਜਿਹੜੀ ਅਗਲੇਰੀ ਕਾਰਵਾਈ ਕੀਤੀ ਜਾਊਗੀ। ਗੌਰਵ ਜੀ, ਅੰਮ੍ਰਿਤਸਰ ਦਿਹਾਤੀ ਦੇ ਅੰਡਰ ਦੋ ਦਰਿਆਵਾਂ ਦੇ ਨਾਲ ਲੱਗਦੇ ਨੇ, ਰਾਵੀ ਦਾ ਵੀ ਕੁਝ ਏਰੀਆ ਲੱਗਦਾ ਹੈ ਰਮਦਾਸ ਵਾਲੀ ਸਾਈਡ ਜਾਂ ਜਨਾਲੇ, ਤਾਂ ਬਿਆਸ ਵੀ, ਤਾਂ ਇਹਨਾਂ ਦੋਵਾਂ ਥਾਂ ਜਿਹੜੀ ਤੁਸੀਂ ਇੱਕ ਕਮੇਟੀ ਜੁਆਇੰਟ ਦੀ ਗੱਲ ਕੀਤੀ ਹੈ, ਤਾਂ ਫਿਰ ਦੋਵਾਂ ਥਾਵਾਂ 'ਤੇ ਐਕਟਿਵ ਕਰਤੇ ਹੁਣ ਦੁਬਾਰਾ ਕਿ ਪਹਿਲਾਂ ਤੋਂ ਐਕਟਿਵ ਸੀਗੀ? ਨਹੀਂ, ਇਹ ਪਹਿਲਾਂ ਤੋਂ ਹੀ ਐਕਟਿਵ ਸੀਗੀ ਜੀ। ਜਿਹੜਾ ਹਲਕਾ ਅਫਸਰ ਹੈਗਾ ਹੈ ਉਹਨਾਂ 'ਤੇ ਬਿਲਕੁਲ ਅਸੀਂ ਜ਼ਿੰਮੇਵਾਰੀ ਰੱਖੀ ਹੈ ਕਿ ਸੰਬੰਧਿਤ ਜਿਹੜੇ ਰੈਵਨਿਊ ਅਫੀਸ਼ੀਅਲਸ ਅਤੇ ਮਾਈਨਿੰਗ ਅਫੀਸ਼ੀਅਲ ਨਾਲ ਤਾਲਮੇਲ ਕਰਕੇ ਪੀਰੀਓਡੀਕਲੀ ਜਿਹੜੇ ਇਹ ਖੱਡਾਂ ਦੀ ਚੈਕਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜੇ ਖੱਡ ਹੈਗੇ ਇਹਦੇ ਵਿੱਚ ਸਰਕਾਰ ਦੀ ਹਦਾਇਤਾਂ ਮੁਤਾਬਿਕ ਇਲੈਕਟ੍ਰੋਨਿਕ ਕੰਢੇ ਹੈਗੇ ਆ, ਜਿਹਦੇ ਵਿੱਚ ਇਲੈਕਟ੍ਰੋਨਿਕ ਜਿਹੜੀ ਸਲਿਪਸ ਵੀ ਕੱਟੀਆਂ ਜਾਂਦੀਆਂ ਤਾਂ ਕਿ ਇਹ 'ਚ ਕੋਈ ਪਿਲਫਰੇਜ ਵਗੈਰਾ ਨਹੀਂ ਹੁੰਦਾ।
इस तो पहला पिछले समय दे वेच कोई रूरल पुलिस ने भी माइनिंग ना रिलेटेड एफआईआर दर्ज की थी ऐसी ट्रालियां जेड़ियां सी गया ता ओ किस ओ माइनिंग डिपार्टमेंट दी शिकायत दे दर्ज करते जो पुलिस अपने तौर पे भी जाके पुलिस ने सीधी कंप्लेंट मिल दी जा अपने तौर पे एफआईआर दर्ज कर लेंदे नहीं जेड़ा जेड़े माइनिंग दी जो भी कार्रवाई हुंदी है ओ माइनिंग डिपार्टमेंट नाल लेके ही कीती जांदी है। सर इस मामले दे विच हले तक सिर्फ कंप्लेंट्स ही मिलियां, हले तक कोई एफआईआर दर्ज नहीं हुई? नहीं, एज ऑफ नाउ हजे कोई एफआईआर दर्ज नहीं हुई, बाकी असी जिहड़ी माइनिंग ऑफिशियल्स है उन्हां दी असी रिपोर्ट अवेट कर रहे हैं, जिद्दां ही सानू रिपोर्ट मिल जाती है उसके हिसाब नाल असी कार्रवाई अमल च लियावांगे। तुहाडे वल्लों सर बयान बयान दर्ज करन दी कार्रवाई मुकम्मल हो चुकी है? सर बिल्कुल, बयान उन्होंने सानू कल देते सीगे, एक कंप्लेंट सी कि जिहदे आधार ते असी रिपोर्ट मंगी है, जिद्दां ही रिपोर्ट आती है तो जिहड़े बयान है उन्हां दी कंबाइंड असी जिहड़ी कार्रवाई बनती है वह असी करांगे। दाखिल दफ्तर कह दें जी असी बड़ी डिटेल रिपोर्ट मंगी है, ओदे विच डिटेल कॉपियां सानू मंगियां सी, तस्दीकशुदा कॉपीज भी मंगियां हैगियां जिहड़ी सानू इन्वेस्टिगेशन च हेल्प करूगी ताकि बिल्कुल फेयर एंड ट्रांसपेरेंट वे दे विच असी जिहड़ी कार्रवाई कर सकीए। इस करके थोड़ा जिहा समा लग रहा हैगा, बाकी असी जिहड़े जिला माइनिंग अफसर है उन्हां नाल असी तालमेल च हैगे आ ते इह रिपोर्ट बहुत ही छेती सानू मुहैया हो जूगी। गुरु जी इस दे विच जिवें खसरा नंबर सी जां साइट दी जिहड़ी एग्जैक्ट थां ते जिस जगह नूं अलॉट होया तां इस दे विच फिर इस दी जांच करन दे लई फिर रेवेन्यू डिपार्टमेंट दी वी सहायता लई जाएगी जां माइनिंग डिपार्टमेंट ही अपने तौर ते दस देगा? नहीं बिल्कुल, ये जिहड़ी गल हैगी है ये माइनिंग डिपार्टमेंट जो रेवेन्यू डिपार्टमेंट हैगा है उहदे विच दी गल हैगी है ते इहनूं भी असी जिहड़ा छेती इहनूं रिजॉर्ट कर लांगे। सर जिहड़ी इहनां थावां ते सिक्योरिटी जिहड़ी है पुलिस तैनात कीती गई है कोई जां पुलिस दी उत्थे जरूरत है जां नहीं जां तुहाडे वल्लों कोई एक्स्ट्रा उत्थे डिप्लॉयमेंट होई होवे जां रूटीन दे विच जिहड़ी डिप्लॉयमेंट है ऑफिस पुलिस मुलाजमां दी उही रहेगी? नहीं बिल्कुल, ये जिहड़ी इधर ही साइट्स हैगी ये असी पेट्रोलिंग रखते हैं कि कोई अणसुखावी घटना इतने ना वतरे जो वापरे या कोई गलत बंदा जिहड़ा इतने कोई इधर ही गल ना कर जाए तो असी पेट्रोलिंग दे राही इनू सिक्योर करते हैं। सर जिहड़ी नजायज माइनिंग ना हो एक तो यह कल का मैटर सामने आया जां ब्यास दरिया का काफ़ी एरिया जां रावी का काफ़ी एरिया तो उसे आम तौर पर भी कोशिश होंगी रही है जिहड़ी इलीगल माइनिंग करन दी, तो इसनों रोकने लई जिहड़े किवें उपराले पुलिस अपने पद्धर ते करदी है? बिल्कुल, असी इहदे विच असी लोकां नूं भी जागरूक किया हैगा कि साडे नाल वध तों वध इनफॉर्मेशन शेयर करन, जिद्दां मैं पहला भी दस्या हैगा कि पंजाब सरकार की जीरो टॉलरेंस पॉलिसी हैगी है, तो जिद्दां ही सानूं कोई कंप्लेंट मिलती है इमीजिएटली असी जिहड़ी कार्रवाई वो करदे हैगे आ, तो एक तो मैं लोगों को अपील करता कि सानूं वध तों वध इनफॉर्मेशन देण कित्थे भी नजायज़ तौर पर माइनिंग हो रही है। इस तों अलावा साडे फ्लाइंग स्क्वाड जिद्दां मैं दस्या अपने पुलिस अफसर रेवेन्यू ऑफिशियल्स अते जिहड़े माइनिंग विभाग दे हैगे आ वह बने हुए आ जिहड़े पीरियोडिकली चैकिंग करते हैगे आ, तो यह सारी ते तीजा अज मैं जिहड़ी पेट्रोलिंग पार्टीज बारे भी दस्या ये सारे दे थ्रू असी इंश्योर करदे हैगे आ कि इलीगल माइनिंग बिल्कुल ना होवे। ਪਿਛਲੇ ਦਿਨਾਂ ਦੇ ਵਿੱਚ ਸਰ ਇੱਕ ਕਿਸਾਨ ਯੂਨੀਅਨ ਨੇ ਵੀ ਕੋਰਟ ਮੁਤਾਬ ਦੇ ਵਿੱਚ ਕੋਈ ਮਾਈਨਿੰਗ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਸੀ, ਉਸ ਦੇ ਵਿੱਚ ਵੀ ਇੱਕ ਐਫ ਆਈ ਆਰ ਦਰਜ ਕੀਤੀ ਸੀ, ਤਾਂ ਉਹ ਮੈਟਰ ਸਰ ਸੋਰਟ ਆਊਟ ਹੋ ਗਿਆ ਸੀ ਕਿਸਾਨ ਜਥੇਬੰਦੀਆਂ ਨੇ ਪਿੰਡ ਕੋਰਟ ਮੁਤਾਬ? ਮੈਂ ਇਹ ਤੁਹਾਨੂੰ ਚੈੱਕ ਕਰਕੇ ਦੱਸ ਦਾਂਗਾ ਸਰ। ਥੈਂਕ ਯੂ ਸਰ। ਤਾਂ ਇਹ ਸਨ ਇਹ ਗੌਰਵ ਤੂਰਾ ਜੀ ਆਈ ਪੀ ਐੱਸ 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 ਪੀ ਅੰਮ੍ਰਿਤਸਰ ਐੱਸ ਪੀ ਅੰਮ੍ਰਿਤਸਰ ਰੂਰਲ ਪੁਲਿਸ ਦੇ, ਤਾਂ ਗੌਰਵ ਤੂਰਾ ਜੀ ਦਾ ਕਹਿਣਾ ਹੈ ਕਿ ਮਾਈਨਿੰਗ ਪੁਲਿਸ ਨੇ ਜਿਹੜੀ ਪੁਲਿਸ ਕੋਲ ਕੰਪਲੇਂਟ ਆਈਆਂ ਸੀ ਉਸਦੇ ਮੈਟਰ ਦੇ ਉੱਤੇ ਪੁਲਿਸ ਨੇ ਬਿਆਨ ਸਾਰੇ ਦਰਜ ਕਰ ਲਏ ਨੇ, ਹੁਣ ਜਿਹੜੀ ਅਗਲੀ ਕਾਰਵਾਈ ਹੈ ਉਹ ਉਸ ਵੇਲੇ ਹੋਏਗੀ ਜਿਸ ਦੇ ਵਿੱਚ ਮਾਈਨਿੰਗ ਡਿਪਾਰਟਮੈਂਟ ਅਤੇ ਰੈਵਨਿਊ ਡਿਪਾਰਟਮੈਂਟ ਦੇ ਕੋਲੋਂ ਰਿਪੋਰਟ ਕੁਝ ਮੰਗੀਆਂ ਨੇ, ਜਦੋਂ ਵੀ ਰਿਪੋਰਟ ਆਉਣਗੀਆਂ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ, ਤਾਂ ਦੋ ਕੰਪਲੇਂਟ ਜਿਹੜੀਆਂ ਨੇ ਪੁਲਿਸ ਨੂੰ ਜਿਹੜੀਆਂ ਮਿਲੀਆਂ ਨੇ ਅਤੇ ਇਸ ਮਾਮਲੇ ਦੇ ਵਿੱਚ ਫਿਲਹਾਲ ਕੋਈ ਵੀ ਜਿਹੜੀ ਐਫ ਆਈ ਆਰ ਦਰਜ ਨਹੀਂ ਹੋਈ, ਮਾਈਨਿੰਗ ਡਿਪਾਰਟਮੈਂਟ ਦੀ ਜਿਹੜੀ ਰਿਪੋਰਟ ਹੈ ਉਸਦੀ ਵੇਟ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ, ABP ਸਾਂਝਾ, ਅੰਮ੍ਰਿਤਸਰ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।